ਆ ਉਲਟ ਵਾਲੇ ਆ ਜਿਹੜੇ ਕਾਂਗਰਸੀ ਆ ਭਗਵੰਤ ਮਾਨ ਹੋਣੀਆਂ ਜਾਂ ਦੁੱਕੜ ਤਿੱਕੜ ਹੋਰ ਨੇ, ਇਹ ਕਹਿੰਦੇ ਆ ਅਕਾਲ ਤਖ਼ਤ ਦਾ ਠੇਕਾ ਅਕਾਲੀਆਂ ਨੇ ਲਿਆ। ਨਹੀਂ ਲਿਆ, ਅਕਾਲ ਤਖ਼ਤ ਸਮੁੱਚੀ ਸਿੱਖ ਕੌਮ ਦਾ। ਪਰ ਮੈਂ ਇੱਕ ਗੱਲ ਪੁੱਛਦਾ ਕਿ ਤੁਸੀਂ ਅਕਾਲ ਤਖ਼ਤ ਨੂੰ ਕਿੰਨਾ ਮੰਨਦੇ ਹੋ? ਜੇ ਕੈਪਟਨ ਅਮਰਿੰਦਰ ਸਿੰਘ ਡੇਰੇ 'ਚ ਜਾਵੇ ਕੋਈ ਸਜ਼ਾ ਨਹੀਂ, ਕਿ ਉਹ ਸਿੱਖ ਨਹੀਂ, ਉਹ ਅਕਾਲ ਤਖ਼ਤ ਦੇ ਹੁਕਮ ਦਾ ਪਾਬੰਦ ਨਹੀਂ। ਜੇ ਆਪ ਵਾਲੇ ਸਿੱਖ ਡੇਰੇ 'ਚ ਜਾਣ ਕੋਈ ਐਕਸ਼ਨ ਨਹੀਂ, ਇਹ ਸਿੱਖ ਨਹੀਂ, ਇਹ ਪਾਬੰਦ ਨਹੀਂ। ਤੇ ਜੇ ਕਿਤੇ ਅਕਾਲੀ ਦਲ ਚਲਿਆ ਜਾਵੇ ਤੇ ਕਹਿੰਦੇ ਸੁਖਬੀਰ ਸਿੰਘ ਨੇ ਅਕਾਲੀ ਦਲ ਸਾਧ ਦੇ ਠੇਕੇ ਲਾ ਦਿੱਤਾ। ਖਾਲਸਾ ਜੀ, ਮੈਂ ਇੱਕੋ ਗੱਲ ਕਹਿ ਕੇ ਆਪਣੀ ਗੱਲ ਮੁਕਾਉਣੀ ਹੈ। ਦੁਨੀਆ ਮੰਨਦੀ ਜ਼ੋਰਾਂ ਨੂੰ, ਇੱਥੇ ਥਾਂ ਨਹੀਂ ਕਮਜ਼ੋਰਾਂ ਨੂੰ। ਮੈਨੂੰ ਕੱਲ ਇੱਕ ਕਹਿੰਦਾ, ਉਹ ਕਹਿੰਦਾ ਤੁਹਾਡਾ MLA ਭੱਜ ਗਿਆ। ਉਹ ਮੈਂ ਕਿਹਾ ਮੇਨਕਾ ਗਾਂਧੀ ਨੇ ਤਾਂ ਕਿਹਾ ਸੀ ਕੁੱਤਿਆਂ ਨੂੰ ਨਹੀਂ ਜੰਜੀਰੀ ਪਾ ਸਕਦੇ, ਅਸੀਂ ਬੰਦਿਆਂ ਨੂੰ ਕਿੱਥੇ ਪਾ ਲੈਂਦੇ, ਭੱਜ ਜਾਣਦੇ ਭੱਜ ਜਾਣਦੇ। ਹੁਣ ਕਿਹਨੂੰ ਅਸੀਂ ਜੰਜੀਰੀ ਪਾ ਲਈਏ? ਕਿਹਦਾ ਨਹੀਂ ਭੱਜਿਆ? ਸਾਡਾ ਤਾਂ ਓਪੋਜੀਸ਼ਨ ਹੈ ਨਾ, ਸਾਡੇ ਤਾਂ ਮਿਲਣਾ ਕੱਖ ਨਹੀਂ ਸੀ, ਕੋਟੀ ਖਾਣੀ ਪੈਣੀ ਸੀ। ਆਹ ਭਗਵੰਤ ਮਾਨ ਦੀ ਸਰਕਾਰ ਦਾ ਮੈਂਬਰ ਪਾਰਲੀਮੈਂਟ ਰਿੰਕੂ ਭੱਜ ਗਿਆ, ਇਹਦਾ ਅੰਗਰਾਲ MLA ਜਿਨ੍ਹਾਂ ਦੇ ਅੱਜ ਕੱਲ੍ਹ ਸਾਡੀ ਮੰਡੀਆਂ ਲੱਗਣ ਲੱਗ ਪਈਆਂ, ਅੱਗੇ ਪਸ਼ੂਆਂ ਦੀ ਲੱਗਦੀ ਸੀ, ਹੁਣ ਬੰਦਿਆਂ ਦੀਆਂ ਲੱਗਣ ਲੱਗ ਪਈਆਂ। ਤੁਹਾਨੂੰ ਮੇਰੀ ਬੇਨਤੀ ਇੱਕੋ ਹੀ ਹੈ ਕਿ ਜਿਹੜੀਆਂ ਵਿਕਣ ਵਾਲੀਆਂ ਭੇਡਾਂ ਨੇ ਇਹਨਾਂ ਨੂੰ ਕਦੇ ਮੂੰਹ ਨਾ ਲਾਉਣਾ। ਪ੍ਰਧਾਨ ਸਾਹਿਬ, ਤੁਹਾਨੂੰ ਵੀ ਬੇਨਤੀ ਕਰਦਾ, ਤੁਸੀਂ ਵੀ ਬਾਦਸ਼ਾਹ ਦੇ ਲੋਕ, ਬਾਕੀ ਜਿਹਨੂੰ ਮਰਜ਼ੀ ਵਾੜ ਲੈਣਾ, ਆਹ ਭੇਡਾਂ ਨੂੰ ਨਾ ਕਿਤੇ ਨੇੜੇ ਖੰਘਣ ਦੇਣਾ। ਇਹ ਬਹੁਤ ਤਰਲੇ ਲੈਣਗੀਆਂ ਤੁਹਾਡੀਆਂ, ਇਹਨਾਂ ਨੇ ਸੁਹਾਗਣਾ ਬਣਨ ਦੀ ਕੋਸ਼ਿਸ਼ ਕਰਨੀ ਆ, ਜਿਹੜੀ ਕਰੀ ਨਿਕਲ ਜੇ ਉਹ ਸੁਹਾਗਣ ਨਹੀਂ ਰਹਿੰਦੀ ਹੁੰਦੀ, ਕਦੇ ਮੁੜ ਕੇ ਨਾ ਉਹਨਾਂ ਨੂੰ ਸੁਹਾਗਣ ਬਣਾਉਣਾ। ਇਹਨਾਂ ਤੋਂ ਬਚਾਅ ਰੱਖਣਾ, ਪੰਥ ਬਚਿਆ ਹੀ ਬਚਿਆ ਜਦ ਪੰਥ ਨੂੰ ਜੋਕਾਂ ਲੱਗੀਆਂ ਲੈ ਗਈਆਂ।